ਪੰਜਾਬ ਪੁਲਿਸ ਦੇ ਵੱਲੋਂ ਅਕਸਰ ਹੀ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਤਾਂ ਜੋ ਉਹ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖ ਸਕਣ, ਲੋਕਾਂ ਨੂੰ ਕਾਨੂੰਨ ਦੇ ਪ੍ਰਤੀ ਜਾਗਰੂਕ ਕਰ ਸਕਣ। ਕੁਝ ਅਜਿਹਾ ਹੀ ਕੀਤਾ ਗਿਆ ਹੈ ਕੁਰਾਲੀ ਸਦਰ ਥਾਣੇ ਦੇ SHO ਬਲਜੀਤ ਸਿੰਘ ਦੇ ਵੱਲੋਂ। SHO ਬਲਜੀਤ ਸਿੰਘ ਦੇ ਵੱਲੋਂ ਕੁਰਾਲੀ ਸਾਂਝ ਕੇਂਦਰ ਦੇ ਸਹਿਯੋਗ ਦੇ ਨਾਲ ਨੇੜਲੇ ਪਿੰਡ ਕਾਲਿਆਣਾ ਵਿਖੇ ਇੱਕ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੇ ਵਿੱਚ ਜਿੱਥੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ, ਉੱਥੇ ਪਿੰਡ ਦੇ ਲੋਕਾਂ ਨੂੰ ਕਾਨੂੰਨੀ ਸੇਵਾ ਬਾਰੇ ਵੀ ਜਾਣੂ ਕਰਵਾਇਆ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਇਆਂ SHO ਬਲਜੀਤ ਸਿੰਘ ਦਾ ਕਹਿਣਾ ਸੀ ਕਿ ਅੱਜ ਦੇ ਸਮੇਂ ਵਿੱਚ ਲੋੜ ਹੈ ਕਿ ਲੋਕਾਂ ਨੂੰ ਕਾਨੂੰਨ ਦੇ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਹਰ ਇਨਸਾਨ ਇਸ ਦੇ ਬਾਰੇ ਜਾਗਰੂਕ ਹੋ ਕੇ ਕਾਨੂੰਨੀ ਸੇਵਾ ਦਾ ਲਾਹਾ ਲੈ ਸਕਣ। ਮਾਨਯੋਗ SSP ਸਾਹਿਬ ਤੇ ਡਿਪਟੀ ਸਾਹਿਬ ਦੀ ਹਦਾਇਤਾਂ ਨੇ, ਸਰਕਾਰ ਦੀ ਹਦਾਇਤਾਂ ਨੇ ਵੀ ਇੱਕ ਨਸ਼ਾ ਛੁਡਾਓ ਮੁਹਿੰਮ ਪਬਲਿਕ ਨੂੰ ਮੋਟੀਵੇਟ ਕਰੋ, ਨੌਜਵਾਨਾਂ ਨੂੰ ਉਹਨਾਂ ਨੂੰ ਸਪੋਰਟਸ ਵਾਲੇ ਪਾਸੇ ਮੋੜੋ, ਉਹਨਾਂ ਨੂੰ ਕਿਉਂਕਿ ਉਹਨਾਂ ਕੋਲ ਬਹੁਤ ਫਰੀ ਸਮਾਂ ਹੁੰਦਾ, ਉਹ ਸਮੇਂ ਨੂੰ ਉਹ ਗਰਾਊਂਡਾਂ ਦੇ ਵਿੱਚ ਬਤੀਤ ਕਰਨ ਅਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਕਿ ਨਸ਼ਿਆਂ ਨਹੀਂ ਜਾ ਰਹੀ ਹੈ ਉਹਨਾਂ ਨੂੰ ਰੋਕਿਆ ਜਾ ਸਕੇ। ਅਤੇ ਅੱਜ ਕੀ ਉਰੇ ਸਮਝਾਇਆ ਜੀ ਲੋਕਾਂ ਨੂੰ ਜੀ? ਇੱਕ ਤਾਂ ਸਾਡੀ ਪੁਲਿਸ ਡਿਪਾਰਟਮੈਂਟ ਨੇ ਉਹ ਜਿਹੜੀਆਂ ਵੀ ਸੇਵਾਵਾਂ ਨੇ PP ਸਾਂਝ ਦਾ ਸਾਂਝ ਕੇਂਦਰ ਰਾਹੀਂ ਦਿੱਤੀਆਂ ਜਾ ਰਹੀਆਂ, ਜੋ ਜੋ ਐਪ ਆ PP ਸਾਂਝ ਐਪ ਆ, ਸ਼ਕਤੀ ਐਪ ਆ, ਨੌ ਯੂਅਰ ਪੁਲਿਸ, ਉਹ ਐਪਸ ਬਾਰੇ ਜਾਣਕਾਰੀ ਦਿੱਤੀ ਗਈ ਆ। ਇੱਕ ਨਸ਼ਿਆਂ ਦੇ ਖਿਲਾਫ ਮੋਟੀਵੇਟ ਕੀਤਾ ਗਿਆ ਅਤੇ ਇੱਕ ਪਿੰਡ ਦੀ ਸਾਫ਼ ਸਫਾਈ ਵਾਸਤੇ ਪਿੰਡ ਤੋਂ ਸਹਿਯੋਗ ਮੰਗਿਆ ਗਿਆ ਵੀ ਪਿੰਡ ਨੂੰ ਥੋੜ੍ਹਾ ਆਪਣੇ ਹਿਸਾਬ ਨਾਲ ਮੇਨਟੇਨ ਕਰੋ ਔਰ ਏਕਾ ਬਣਾ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਣ, ਆਪਣੇ ਦੇਖੋ ਆਪਣੇ ਦੇਸ਼ ਪ੍ਰਤੀ ਜੋ ਫਰਜ਼ ਆ ਉਹਨਾਂ ਨੂੰ ਵੀ ਸਮਝਣ। ਅਤੇ ਇੱਕ ਇਲਾਕੇ ਦੇ ਵਿੱਚ ਨਸ਼ੇ ਨੂੰ ਦੇਖਦੇ ਹੋਏ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਮੀਟਿੰਗ ਦੇ ਰਾਹੀਂ ਜੀ? ਮੈਂ ਸਭ ਨੂੰ ਬੇਨਤੀ ਕਰਾਂਗਾ ਜਿਹੜੇ ਵੀ ਸਾਡੇ ਕੋਈ ਭੈਣ ਭਰਾ ਨੇ ਇਹ ਗਲਤ ਸਾਈਡ ਚਲੇ ਗਏ ਨੇ, ਉਹਨਾਂ ਨੂੰ ਕਹਾਂਗਾ ਵੀ ਉਹ ਆਪਣੇ ਨਸ਼ਾ ਛੱਡਣ ਲਈ ਡੀਟੈਕਸ਼ਨ ਸੈਂਟਰ ਸਰਕਾਰ ਵੱਲੋਂ ਚਲਾਇਆ ਗਿਆ, ਫ੍ਰੀ 'ਚ ਇਲਾਜ ਮਿਲਦਾ ਅਤੇ ਉਹ ਆ ਕੇ ਉਹਦਾ ਫਾਇਦਾ ਲੈ ਸਕਣ ਔਰ ਸਹੀ ਰਸਤੇ 'ਤੇ ਸਹੀ ਆਪਣਾ ਜੀਵਨ ਦੀ ਸਹੀ ਸੇਧ ਲੈ ਕੇ ਚੰਗਾ ਜੀਵਨ ਬਤੀਤ ਕਰ ਸਕਣ। ਅਤੇ ਸਰ, ਜਿਹੜੇ ਉਹਨੇ ਇਲਾਕੇ ਦੇ ਵਿੱਚ ਕੋਈ ਕ੍ਰਾਈਮ ਦਾ ਕੰਮ ਜਾਂ ਨਸ਼ੇ ਦਾ ਕੰਮ ਕਰਦਾ ਉਹਨੂੰ ਕਿਆ ਚੇਤਾਵਨੀ ਹੈ ਤੁਹਾਡੇ ਕੰਨੀ ਤੋਂ ਜੀ? ਬਿਲਕੁਲ ਨਹੀਂ ਸਪੇਅਰ ਕੀਤਾ ਜਾਏਗਾ, ਜੋ ਵੀ ਸਾਡੇ ਕੋਲ ਕੰਪਲੇਂਟ ਆਏਗੀ, ਜੋ ਵੀ ਜਿਸ ਤਰ੍ਹਾਂ ਵੀ ਹੋਇਆ, ਜੋ ਵੀ ਕਿਸੇ ਕੋਲ ਕੋਈ ਚੀਜ਼ ਮਿਲ ਗਈ ਤਾਂ ਉਹਨੂੰ ਬਿਲਕੁਲ ਸਪੇਅਰ ਨਹੀਂ ਕਰਿਆ ਜਾਏਗਾ, ਉਹਦੇ ਖਿਲਾਫ ਤੁਰੰਤ ਮੌਕੇ 'ਤੇ ਹੀ ਕਾਰਵਾਈ ਕੀਤੀ ਜਾਏਗੀ। SHO ਸਾਹਿਬ ਨੇ ਉਰੇ ਕੀ ਕੀ ਸਮਝਾਇਆ ਜੀ, ਤੁਸੀਂ ਕੀ ਉਹਦੇ ਜਾਣਕਾਰੀ ਲਿੱਤੀ ਹੈ? SHO ਸਾਹਿਬ ਨੇ ਸਮਝਾਇਆ ਕਿ ਆਪਣੇ ਪਿੰਡ ਵਿੱਚ ਕਿੱਦਾਂ ਵਿਕਾਸ ਕਰਨਾ ਹੈ ਗਲੀਆਂ ਨਾਲ, ਇਹ ਵੀ ਪਿੰਡ ਦੀ ਸਾਫ਼ ਸਫਾਈ ਬਾਰੇ ਦੱਸਿਆ ਅਤੇ ਦੂਜੇ ਨੇ ਨਸ਼ੇ ਪ੍ਰਤੀ ਜੋ ਕਿ ਪਿੰਡ ਵਿੱਚ ਬਹੁਤ ਜ਼ਿਆਦਾ ਫੈਲ ਚੁੱਕਿਆ ਹੈ, ਮਤਲਬ ਕਿੰਨੇ ਪਿੰਡਾਂ 'ਚੋਂ ਸਾਡਾ ਪਿੰਡ ਪਹਿਲੇ ਨੰਬਰ 'ਤੇ ਆ ਨਸ਼ੇ 'ਚ, ਉਸ ਬਾਰੇ ਸਮਝਾਇਆ ਵੀ ਨਸ਼ਾ ਬਿਲਕੁਲ ਹੀ ਖਤਮ ਹੋਣਾ ਚਾਹੀਦਾ ਪਿੰਡ ਵਿੱਚ। ਅਤੇ ਅੱਜ ਜਿਹੜੀ ਮੀਟਿੰਗ ਹੋਈ ਹੈ ਇਸ ਨੂੰ ਦੇਖਦੇ ਹੋਏ ਤੁਸੀਂ ਚਾਹੁੰਦੇ ਹੋ ਕਿ ਇਹੋ ਜਿਹੀਆਂ ਮੀਟਿੰਗਾਂ ਹਰ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਨਹੀਂ ਹੋਣੀ ਚਾਹੀਦੀਆਂ ਤਾਂ ਜੋ ਲੋਕਾਂ ਨੂੰ ਜਾਗਰੂਕਤਾ ਆਵੇ, ਕੀ ਕਹਿਣਾ ਚਾਹੁੰਦੇ ਹੋ ਜੀ? ਅਸੀਂ ਚਾਹੁੰਦੇ ਵੀ ਇਹ ਮੀਟਿੰਗ ਹਰ ਮਹੀਨੇ ਵਿੱਚ ਇੱਕ ਵਾਰ ਹੋਣੀ ਚਾਹੀਦੀ ਹੈ, ਸਾਨੂੰ ਬਹੁਤ ਵਧੀਆ ਲੱਗਿਆ, ਮਤਲਬ ਇੱਦਾਂ ਹੀ ਮਤਲਬ ਮੀਟਿੰਗਾਂ ਹੋਣ, ਕੋਈ ਸੇਧ ਮਿਲੇ ਸਭ ਬੱਚਿਆਂ ਨੂੰ ਸੇਧ ਮਿਲੇ। ਬੱਬਰਪ੍ਰੀਤ ਜੀ, ਅੱਜ ਜਿਹੜਾ ਕਾਲੇਆਲ ਪਿੰਡ ਦੇ ਵਿੱਚ ਜਿਹੜੀ ਹੈ ਪਬਲਿਕ ਮੀਟਿੰਗ ਕੀਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਜੀ, ਕੀ ਕਹਿਣਾ ਚਾਹੁੰਦੇ ਹੋ, ਕੀ ਤੁਹਾਨੂੰ ਇਸ ਤੋਂ ਇਸ ਪਤਾ ਲੱਗਿਆ ਜੀ? ਡਿਪਾਰਟਮੈਂਟ ਦੀ ਬਹੁਤ ਹੀ ਪੋਜ਼ਿਟਿਵ ਅਪਰੋਚ ਹੈ, ਜੇ ਕੋਈ ਭਟਕ ਗਿਆ ਉਹਨਾਂ ਨੂੰ ਸਹੀ ਗਾਈਡੈਂਸ ਦੇ ਕੇ, ਸਲਾਹ ਦੇ ਕੇ, ਕਾਉਂਸਲਿੰਗ ਕਰਕੇ ਵਾਪਸ ਲੈ ਵੀ ਸਹੀ ਮੇਨ ਸਟਰੀਮ 'ਚ ਲਿਆਉਂਦਾ ਜਾਵੇ ਤਾਂ ਕਿ ਉਹ ਮਾੜਾ ਕੰਮ ਸੁਸਾਇਟੀ 'ਚ ਨਾ ਹੋਵੇ, ਪਿੰਡ 'ਚ ਨਾ ਹੋਵੇ, ਇਲਾਕੇ 'ਚ ਨਾ ਹੋਵੇ। ਅਤੇ ਇਹੀ ਜੀ ਮੀਟਿੰਗ ਨੂੰ ਦੇਖਦੇ ਹੋਏ ਹੋਰ ਕੀ ਚਾਹੁੰਦੇ ਹੋ ਕਿ ਇਹੋ ਜਿਹੀਆਂ ਮੀਟਿੰਗਾਂ ਕਿੰਨੀਆਂ ਹੋਣੀ ਚਾਹੀਦੀਆਂ ਇਲਾਕੇ ਦੇ ਵਿੱਚ ਜੀ? ਚੰਗੀ ਸ਼ੁਰੂਆਤ ਹੈ ਜੀ, ਇਹਨੂੰ ਇਸੇ ਤਰ੍ਹਾਂ ਕੰਟੀਨਿਊ ਹੋਵੇ ਜਦੋਂ ਤੱਕ ਕੋਈ ਸੁਧਾਰ ਪੋਜ਼ਿਟਿਵ ਆ ਨਹੀਂ ਜਾਂਦਾ ਸਮਾਜ 'ਚ। ਅਤੇ ਅੱਜ ਜਿਹੜਾ ਹੈ SHO ਸਾਹਿਬ ਵੱਲੋਂ ਤੁਹਾਨੂੰ ਕਿਆ ਸਮਝਾਇਆ ਗਿਆ ਜੀ, ਤੁਸੀਂ ਕੀ ਕੁਛ ਸਮਝਿਆ ਜਾਣਕਾਰੀ ਦਿਓਗੇ ਜੀ? SHO ਸਾਹਿਬ ਨੇ ਇੱਕ ਤਾਂ ਜਿਹੜੀ ਮੇਨ ਐਪਸ ਚੱਲ ਰਹੀਆਂ ਨੇ, ਪਬਲਿਕ ਨੂੰ ਪੁਲਿਸ ਨਾਲ ਜੋੜਿਆ ਜਾਵੇ, ਇੱਕ ਡਰ ਹੈ ਜੋ ਭਾਵਨਾ ਲੋਕ ਨਹੀਂ ਜਾਂਦੇ, ਇੱਕ ਨੈਗੇਟਿਵ ਲਿਆ ਜਾਂਦਾ, ਉਹ ਦੱਸਿਆ ਗਿਆ ਅਤੇ ਬਾਕੀ ਜੋ ਸਮਾਜਿਕ ਕ੍ਰੀਤੀਆਂ ਚੱਲ ਰਹੀਆਂ ਉਹਨਾਂ ਬਾਰੇ ਦੱਸਿਆ ਗਿਆ ਵੀ ਤੁਸੀਂ ਕਿਵੇਂ ਇਹਨਾਂ ਨੂੰ ਪੋਜ਼ਿਟਿਵ ਨੈਗੇਟਿਵ ਤੋਂ ਪੋਜ਼ਿਟਿਵ ਕਿਵੇਂ ਕਰਨਾ। ਜ਼ਿਕਰਯੋਗ ਹੈ ਕਿ ਇਸ ਮੌਕੇ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਕਿਵੇਂ ਦੂਰ ਰਹਿਣਾ ਇਸ ਪ੍ਰਤੀ ਵੀ ਜਾਗਰੂਕ ਕੀਤਾ ਗਿਆ। ਪੰਜਾਬ ਪੁਲਿਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ, ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈ ਉਹ ਕਾਫੀ ਚੰਗਾ ਹੈ, ਇਸ ਦੇ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹੇਗੀ ਅਤੇ ਲੋਕਾਂ ਨੂੰ ਵੀ ਕਾਨੂੰਨੀ ਨਿਯਮਾਂ ਦਾ ਪਤਾ ਲੱਗੇਗਾ। ਕੁਰਾਲੀ ਤੋਂ ਡੈਵਿਡ ਵਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV, NRI।